ਇਹ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਗੁਲਾਮ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਜੀ ਆਪਣਾ ਦੀਨ ਅਮਾਨ ਇਮਾਨ ਧਰਮ ਸਭ ਵੇਚ ਚੁੱਕਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਇੱਕ ਤਸਵੀਰ ਜੋ ਕਿ ਮੈਂ ਕੱਲ੍ਹ ਦੀ ਸੋਸ਼ਲ ਮੀਡੀਆ 'ਤੇ ਦੇਖ ਰਿਹਾ, ਮੈਂ ਆਪ ਜੀ ਨਾਲ ਵੀ ਸਾਂਝੀ ਕਰ ਰਿਹਾ। ਇਹ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਗੁਲਾਮ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਜੀ। ਇਹ ਤਸਵੀਰ ਦੇਖ ਕੇ ਮੈਂ ਸਿਰਫ ਇੱਕੋ ਗੱਲ ਆਖਾਂਗਾ ਕਿ ਅੱਜ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਆਪਣਾ ਦੀਨ ਅਮਾਨ ਇਮਾਨ ਧਰਮ ਸਭ ਵੇਚ ਚੁੱਕਾ ਹੈ। ਅੱਜ ਉਹ ਐਸੇ ਲੋਕਾਂ ਦੇ ਨਾਲ ਹੱਸ ਹੱਸ ਕੇ ਫੋਟੋਆਂ ਖਿਚਾ ਰਿਹਾ ਹੈ ਜਿਹੜਾ ਸਾਡੀ ਕੌਮ ਦੇ ਚੜ੍ਹਦੀ ਕਲਾ ਵਾਲੇ ਸਿੰਘ ਜਿਹੜੇ ਅੱਜ ਆਪਣੀ ਸਜ਼ਾ ਤੋਂ ਵੱਧ ਜੇਲ੍ਹਾਂ ਦੇ ਵਿੱਚ ਕੈਦ ਕੱਢ ਰਹੇ ਹੈ, ਉਹ ਕਾਲ ਖੋਟਰੀਆ ਦੇ ਵਿੱਚ ਬੰਦ ਨੇ ਪਿਛਲੇ 30-30 ਸਾਲਾਂ ਤੋਂ ਬੰਦੀ ਸਿੰਘਾਂ ਨੂੰ ਆਤੰਕਵਾਦੀ ਆਖਦਾ ਹੈ, ਉਹਦੇ ਨਾਲ ਦਿੱਲੀ ਕਮੇਟੀ ਦਾ ਜਿਹੜਾ ਪ੍ਰਧਾਨ ਹੈ ਉਹ ਹੱਸ ਹੱਸ ਕੇ ਫੋਟੋਆਂ ਖਿਚਾ ਰਿਹਾ। ਜਿਹੜੇ ਸ਼ਖਸ ਦੇ ਦਾਦੇ ਨੇ ਪੰਜਾਬ ਦੇ ਅੰਦਰ ਮਾਵਾਂ ਦੀਆਂ ਕੁੱਖ ਉਜਾੜ ਦਿੱਤੀਆਂ, ਭੈਣਾਂ ਕੋਲੋਂ ਭਰਾ ਛਿਨ ਲਏ, ਪਿਓ ਕੋਲੋਂ ਪੁੱਤਰ ਛਿਨ ਲਏ, ਸਿੱਖਾਂ ਦੇ ਮੱਥੇ ਦੇ ਵਿੱਚ ਗੋਲੀਆਂ ਮਾਰੀਆਂ ਜਿਹਨੂੰ ਅਸੀਂ ਬੇਅਦ ਬੁੱਚੜ ਦੇ ਨਾਮ ਤੋਂ ਜਾਣਦੇ ਹਾਂ, ਐਸੇ ਸ਼ਖਸ ਦੇ ਪੋਤੇ ਦੇ ਨਾਲ ਅੱਜ ਹਰਮੀਤ ਸਿੰਘ ਕਾਲਕਾ ਫੋਟੋਆਂ ਖਿਚਾ ਰਿਹਾ ਹੱਸ ਹੱਸ ਕੇ। ਇਹ ਉਹ ਸ਼ਖਸ ਹੈ ਰਵਨੀਤ ਬਿੱਟੂ ਜਿਸਨੇ ਪਿਛਲੇ ਦਿਨਾਂ ਦੇ ਅੰਦਰ ਜਦ ਪੰਜਾਬ ਦੇ ਲੁਧਿਆਣਾ ਸ਼ਹਿਰ ਦੇ ਅੰਦਰ ਚੋਣ ਕੰਪੇਨਿੰਗ ਚੱਲ ਰਹੀ ਸੀਗੀ ਲੋਕ ਸਭਾ ਦੀ, ਉਸ ਕੰਪੇਨਿੰਗ ਦੇ ਅੰਦਰ ਕਿਸਾਨਾਂ ਬਾਰੇ ਕੀ ਕੁਝ ਨਹੀਂ ਬੋਲਿਆ, ਇੱਕ ਜਗ੍ਹਾ ਤੇ ਖੜੇ ਹੋ ਕੇ ਵੀਡੀਓ ਵੀ ਸਾਰੇ ਸੰਸਾਰ ਭਰ ਦੇ ਸਿੱਖਾਂ ਨੇ ਦੁਨੀਆਂ ਨੇ ਦੇਖੀ ਹੈ, ਕਿਸਾਨਾਂ ਨੂੰ ਧਮਕੀਆਂ ਦੇ ਰਿਹਾ ਕਿ ਚੋਣਾਂ ਤੋਂ ਬਾਅਦ ਦੀਬੂ ਕੜ ਭੇਜ ਦਿਆਂਗੇ। ਐਸੇ ਸ਼ਖਸ ਦੇ ਨਾਲ ਅੱਜ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜਾ ਪ੍ਰਧਾਨ ਹੈ ਹਰਮੀਤ ਸਿੰਘ ਕਾਲਕਾ ਉਹ ਹੱਸ ਹੱਸ ਕੇ ਫੋਟੋਆਂ ਖਿਚਾ ਰਿਹਾ। ਮੈਂ ਹਰਮੀਤ ਸਿੰਘ ਕਾਲਕਾ ਜੀ ਨੂੰ ਸਵਾਲ ਕਰਨਾ ਚਾਹਾਂਗਾ ਕਿ ਅੱਜ ਉਹ ਬੰਦੀ ਸਿੰਘਾਂ ਨੂੰ ਬੰਦੀ ਸਿੰਘ ਮੰਨਦੇ ਹੈ ਜਾਂ ਆਤੰਕਵਾਦੀ ਮੰਨਦੇ ਹੈ, ਉਹਨਾਂ ਨੂੰ ਜਵਾਬ ਦੇਣਾ ਚਾਹੀਦਾ ਇਸ ਤਸਵੀਰ ਤੋਂ ਬਾਅਦ। ਜੋ ਪੰਜਾਬ ਦੇ ਅੰਦਰ ਬੇਅਦ ਬੁੱਚੜ ਨੇ ਸਿੱਖਾਂ ਦੇ ਨਾਲ ਕੀਤਾ, ਕੋਹ ਕੋਹ ਕੇ ਸਿੱਖਾਂ ਨੂੰ ਮਾਰਿਆ, ਅਣਪਛਾਤੇ ਕਹਿ ਕੇ ਸਿੱਖਾਂ ਨੂੰ ਮਾਰਿਆ, ਅੱਜ ਉਸ ਬੇਅੰਤ ਸਿੰਘ ਦੇ ਪੋਤਰੇ ਦੇ ਨਾਲ ਹੈ ਜਾਂ ਸਿੱਖਾਂ ਦੇ ਨਾਲ ਹੈ? ਅੱਜ ਹਰਮੀਤ ਸਿੰਘ ਕਾਲਕਾ ਨੂੰ ਜਵਾਬ ਦੇਣਾ ਪਏਗਾ। ਅੱਜ ਹਰਮੀਤ ਸਿੰਘ ਕਾਲਕਾ ਨੂੰ ਦੱਸਣਾ ਪਏਗਾ ਸਿੱਖ ਕੌਮ ਨੂੰ ਕਿ ਉਹ ਕਿਸਾਨਾਂ ਦੇ ਨਾਲ ਹੈ, ਕਿ ਉਹ ਐਸੇ ਸ਼ਖਸ ਦੇ ਨਾਲ ਹੈ ਰਵਨੀਤ ਬਿੱਟੂ ਦੇ ਨਾਲ ਜਿਹਦੇ ਦਾਦੇ ਨੇ ਪੰਜਾਬ ਦੇ ਅੰਦਰ ਕੀ ਕੁਝ ਨਹੀਂ ਕੀਤਾ, ਜਿਹੜਾ ਅੱਜ ਕੌਮ ਦੇ ਜਿਹੜੇ ਮਾਨ ਯੋਧੇ ਹੈ ਜਿਹੜੇ ਬੰਦੀ ਸਿੰਘ ਹੈ ਉਹਨਾਂ ਬਾਰੇ ਕੀ ਕੁਝ ਨਹੀਂ ਕਹਿੰਦਾ, ਉਹਨਾਂ ਦੇ ਨਾਲ ਹੈ ਕਿ ਸਿੱਖ ਕੌਮ ਦੇ ਨਾਲ ਹੈ? ਮੈਂ ਨਾਲ ਹੀ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਗਿਆਨੀ ਰਘਬੀਰ ਸਿੰਘ ਜੀ ਨੂੰ ਹੱਥ ਜੋੜ ਕੇ ਬੇਨਤੀ ਕਰਨਾ ਚਾਹਾਂਗਾ ਆਪਣੀ ਇਸ ਵੀਡੀਓ ਦੇ ਰਾਹੀਂ ਕਿ ਉਹਨਾਂ ਨੂੰ ਤੁਰੰਤ ਬਿਨਾਂ ਕਿਸੇ ਦੇਰੀ ਦੇ ਇਹ ਤਸਵੀਰ ਦੇਖਣ ਤੋਂ ਬਾਅਦ ਮੈਂ ਸਮਝਣਾ ਕਿ ਜਿਹੜਾ ਰਵਨੀਤ ਬਿੱਟੂ ਹੈ ਉਹ ਐਂਟੀ ਸਿੱਖ ਗੱਲਾਂ ਕਰਦਾ ਹੈ, ਐਂਟੀ ਸਿੱਖ ਹੈ। ਅੱਜ ਉਸ ਦੇ ਨਾਲ ਹਰਮੀਤ ਸਿੰਘ ਕਾਲਕਾ ਜਿਹੜਾ ਦਿੱਲੀ ਕਮੇਟੀ ਦਾ ਪ੍ਰਧਾਨ ਹੈ, ਮੈਂ ਕੈਚ ਕੋਈ ਕੁਰੇਜ ਨਹੀਂ ਕਰਾਂਗਾ ਕਿ ਅਸੀਂ ਹਰਮੀਤ ਸਿੰਘ ਕਾਲਕਾ ਨੂੰ ਅੱਜ ਤੱਕ ਗੱਦਾਰ ਆਖਦੇ ਆਏ ਹਾਂ, ਗੱਦਾਰ ਸਮਝਦੇ ਆਏ ਹਾਂ, ਪਰ ਅੱਜ ਮੈਂ ਦਿਲੋਂ ਕਹਿ ਰਿਹਾ
ਕਿ ਮੇਰੇ ਵਾਸਤੇ ਹਰਮੀਤ ਸਿੰਘ ਕਾਲਕਾ ਜਿਹੜਾ ਦਿੱਲੀ ਕਮੇਟੀ ਦਾ ਪ੍ਰਧਾਨ ਹੈ ਉਹ ਐਂਟੀ ਸਿੱਖ ਹੈ, ਕਿਉਂਕਿ ਉਹਦੀਆਂ ਐਸੀਆਂ ਤਸਵੀਰਾਂ ਜਿਹੜੇ ਐਂਟੀ ਸਿੱਖ ਗੱਲਾਂ ਕਰਦੇ ਹੈ, ਜਿਹੜੇ ਬੰਦੀ ਸਿੰਘਾਂ ਨੂੰ ਆਤੰਕਵਾਦੀ ਆਖਦੇ ਹੈ, ਜਿਹੜੇ ਕਿਸਾਨਾਂ ਨੂੰ ਦੀਬੂਗੜ੍ਹ ਭੇਜਣ ਦੀ ਗੱਲ ਕਰਦੇ ਹੈ, ਉਹਨਾਂ ਨਾਲ ਖੜੇ ਹੋ ਕੇ ਹੱਸ ਕੇ ਤਸਵੀਰਾਂ ਖਿਚਾਉਣੀਆਂ। ਇਸ ਕਰਕੇ ਮੈਂ ਕਹਿ ਰਿਹਾ ਕਿ ਹਰਮੀਤ ਸਿੰਘ ਕਾਲਕਾ ਮੇਰੇ ਵਾਸਤੇ ਅੱਜ ਤੋਂ ਐਂਟੀ ਸਿੱਖ ਹੈ, ਉਹ ਦਿੱਲੀ ਕਮੇਟੀ ਦੇ ਪ੍ਰਧਾਨ ਦੇ ਲਾਇਕ ਨਹੀਂ ਹੈ। ਮੈਂ ਵਾਪਸ ਆਪਣੀ ਗੱਲ ਤੇ ਆਵਾਂ, ਮੈਂ ਜਥੇਦਾਰ ਜੀ ਨੂੰ ਅਪੀਲ ਕਰਨਾ ਚਾਹਾਂਗਾ ਕਿ ਤੁਰੰਤ ਬਿਨਾਂ ਕਿਸੇ ਦੇਰੀ ਦੇ ਹਰਮੀਤ ਸਿੰਘ ਕਾਲਕਾ ਨੂੰ ਜਿਹੜੇ ਬੰਦੀ ਸਿੰਘਾਂ ਦੀ ਕਮੇਟੀ ਬਣਾਈ ਗਈ ਸੀਗੀ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ, ਜਿਸ ਦੇ ਵਿੱਚ ਇਸ ਐਂਟੀ ਸਿੱਖ ਹਰਮੀਤ ਸਿੰਘ ਕਾਲਕਾ ਨੂੰ ਪਾਇਆ ਗਿਆ ਸੀਗਾ, ਤੁਰੰਤ ਆਰਡਰ ਕੱਢੇ ਜਾਣ, ਹੁਕਮ ਕੱਢੇ ਜਾਣ ਕਿ ਹਰਮੀਤ ਸਿੰਘ ਕਾਲਕਾ ਨੂੰ ਉਸ ਕਮੇਟੀ ਦੇ ਵਿੱਚੋਂ ਬਾਹਰ ਕੱਢਿਆ ਜਾਂਦਾ ਹੈ। ਹਰਮੀਤ ਸਿੰਘ ਕਾਲਕਾ ਉਸ ਕਮੇਟੀ ਦੇ ਲਾਇਕ ਨਹੀਂ ਹੈ, ਕਿਉਂਕਿ ਅੱਜ ਹਰਮੀਤ ਸਿੰਘ ਕਾਲਕਾ ਜਿਸ ਸ਼ਖਸ ਨਾਲ ਫੋਟੋ ਖਿਚਾ ਰਿਹਾ, ਹੱਸ ਹੱਸ ਕੇ ਫੋਟੋ ਖਿਚਾ ਰਿਹਾ, ਜੱਫੀ ਪਾ ਕੇ ਫੋਟੋ ਖਿਚਾ ਰਿਹਾ, ਉਹ ਸ਼ਖਸ ਬੰਦੀ ਸਿੰਘਾਂ ਨੂੰ ਆਤੰਕਵਾਦੀ ਆਖਦਾ। ਮੈਂ ਦਿੱਲੀ ਦੇ ਸਿੱਖ ਸੰਗਤ ਨੂੰ ਵੀ ਅਪੀਲ ਕਰਾਂਗਾ ਕਿ ਹੁਣੇ ਵੀ ਸਮਾਂ ਜਾਗੋ। ਅੱਜ ਤੁਸੀਂ ਦੇਖ ਰਹੇ ਹੋ ਚੋਰੀ ਚਕਾਰੀਆਂ ਦੀ ਬਾਅਦ, ਦਿੱਲੀ ਕਮੇਟੀ ਨੂੰ ਬਰਬਾਦ ਕਰਨ ਤੋਂ ਬਾਅਦ, ਸਕੂਲਾਂ ਨੂੰ ਬਰਬਾਦ ਕਰਨ ਤੋਂ ਬਾਅਦ, ਇੰਸਟੀਟਿਊਟ ਨੂੰ ਬਰਬਾਦ ਕਰਨ ਤੋਂ ਬਾਅਦ, ਅੱਜ ਇਹਨਾਂ ਲੋਕਾਂ ਨੇ ਜਿਹੜਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮਾਨ ਹੈ, ਜੋ ਸਤਿਕਾਰ ਦਿੱਲੀ ਕਮੇਟੀ ਦਾ ਸੀਗਾ, ਉਹ ਕਿੰਨੇ ਥੱਲੇ ਲਾ ਕੇ ਖੜਾ ਕਰ ਦਿੱਤਾ ਹੈ ਕਿ ਅੱਜ ਦਿੱਲੀ ਕਮੇਟੀ ਦਾ ਪ੍ਰਧਾਨ ਐਂਟੀ ਸਿੱਖਾਂ ਦੇ ਨਾਲ ਖੜੇ ਹੋ ਕੇ ਫੋਟੋਆਂ ਖਿਚਾ ਰਿਹਾ। ਸੰਗਤ ਜੀ, ਮੈਂ ਤੁਹਾਨੂੰ ਬੇਨਤੀ ਕਰਾਂਗਾ, ਜਾਗੋ, ਦਿੱਲੀ ਕਮੇਟੀ ਬਚਾਓ। ਦਿੱਲੀ ਕਮੇਟੀ ਬਚਾਉਣੀ ਬੜੀ ਜ਼ਰੂਰੀ ਹੈ, ਨਹੀਂ ਤਾਂ ਸਿੱਖਾਂ ਦੇ ਇਤਿਹਾਸ ਦੇ ਵਿੱਚੋਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜਾ ਇਤਿਹਾਸ ਹੈ ਉਹ ਨਾਸ਼ਤੋ ਨਬੂਤ ਹੋ ਜਾਏਗਾ, ਦਿੱਲੀ ਕਮੇਟੀ ਮੁੱਕ ਜਾਣੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਇੱਕ ਤਸਵੀਰ ਜੋ ਕਿ ਮੈਂ ਕੱਲ੍ਹ ਦੀ ਸੋਸ਼ਲ ਮੀਡੀਆ 'ਤੇ ਦੇਖ ਰਿਹਾ, ਮੈਂ ਆਪ ਨਾਲ ਵੀ ਸਾਂਝੀ ਕਰ ਰਿਹਾ, ਇਹ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਗੁਲਾਮ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਜੀ। ਇਹ ਤਸਵੀਰ ਦੇਖ ਕੇ ਮੈਂ ਸਿਰਫ ਇੱਕੋ ਗੱਲ ਆਖਾਂਗਾ ਕਿ ਅੱਜ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਆਪਣਾ ਦੀਨ, ਅਮਾਨ, ਇਮਾਨ, ਧਰਮ ਸਭ ਵੇਚ ਚੁੱਕਾ ਹੈ। ਅੱਜ ਉਹ ਐਸੇ ਲੋਕਾਂ ਦੇ ਨਾਲ ਹੱਸ ਹੱਸ ਕੇ ਫੋਟੋਆਂ ਖਿਚਾ ਰਿਹਾ ਜਿਹੜਾ ਸਾਡੀ ਕੌਮ ਦੇ ਚੜ੍ਹਦੀ ਕਲਾ ਵਾਲੇ ਸਿੰਘ, ਜਿਹੜੇ ਅੱਜ ਆਪਣੀ ਸਜ਼ਾ ਤੋਂ ਵੱਧ ਜੇਲ੍ਹਾਂ ਦੇ ਵਿੱਚ ਕੈਦ ਕੱਟ ਰਹੇ ਹੈ, ਉਹ ਕਾਲ ਖੋਟਰੀਆ ਦੇ ਵਿੱਚ ਬੰਦ ਨੇ ਪਿਛਲੇ 30-30 ਸਾਲਾਂ ਤੋਂ ਬੰਦੀ ਸਿੰਘਾਂ ਨੂੰ ਆਤੰਕਵਾਦੀ ਆਖਦਾ ਹੈ, ਉਹਦੇ ਨਾਲ ਦਿੱਲੀ ਕਮੇਟੀ ਦਾ ਜਿਹੜਾ ਪ੍ਰਧਾਨ ਹੈ ਉਹ ਹੱਸ ਹੱਸ ਕੇ ਫੋਟੋਆਂ ਖਿਚਾ ਰਿਹਾ। ਜਿਹੜੇ ਸ਼ਖਸ ਦੇ ਦਾਦੇ ਨੇ ਪੰਜਾਬ ਦੇ ਅੰਦਰ ਮਾਵਾਂ ਦੀਆਂ ਕੁੱਖ ਉਜਾੜ ਦਿੱਤੀਆਂ, ਭੈਣਾਂ ਕੋਲੋਂ ਭਰਾ ਛਿਣ ਲਏ, ਪਿਓ ਕੋਲੋਂ ਪੁੱਤਰ ਛਿਣ ਲਏ, ਸਿੱਖਾਂ ਦੇ ਮੱਥੇ ਦੇ ਵਿੱਚ ਗੋਲੀਆਂ ਮਾਰੀਆਂ, ਜਿਹਨੂੰ ਅਸੀਂ ਬੇਅਦ ਪੁੱਚੜ ਦੇ ਨਾਮ ਤੋਂ ਜਾਣਦੇ ਹਾਂ, ਐਸੇ ਸ਼ਖਸ ਦੇ ਪੋਤੇ ਦੇ ਨਾਲ ਅੱਜ ਹਰਮੀਤ ਸਿੰਘ ਕਾਲਕਾ ਫੋਟੋਆਂ ਖਿਚਾ ਰਿਹਾ ਹੱਸ ਹੱਸ ਕੇ। ਇਹ ਉਹ ਸ਼ਖਸ ਹੈ ਰਵਨੀਤ ਬਿੱਟੂ, ਜਿਸਨੇ ਪਿਛਲੇ ਦਿਨਾਂ ਦੇ ਅੰਦਰ ਜਦ ਪੰਜਾਬ ਦੇ ਲੁਧਿਆਣਾ ਸ਼ਹਿਰ ਦੇ ਅੰਦਰ ਚੋਣ ਕੰਪੇਨਿੰਗ ਚੱਲ ਰਹੀ ਸੀਗੀ ਲੋਕ ਸਭਾ ਦੀ, ਉਸ ਕੰਪੇਨਿੰਗ ਦੇ ਅੰਦਰ ਕਿਸਾਨਾਂ ਬਾਰੇ ਕੀ ਕੁਝ ਨਹੀਂ ਬੋਲਿਆ, ਇੱਕ ਜਗ੍ਹਾ ਤੇ ਖੜੇ ਹੋ ਕੇ ਵੀਡੀਓ ਵੀ ਸਾਰੇ ਸੰਸਾਰ ਭਰ ਦੇ ਸਿੱਖਾਂ ਨੇ, ਦੁਨੀਆਂ ਨੇ ਦੇਖੀ ਹੈ, ਕਿਸਾਨਾਂ ਨੂੰ ਧਮਕੀਆਂ ਦੇ ਰਿਹਾ ਕਿ ਚੋਣਾਂ ਤੋਂ ਬਾਅਦ ਦੀਬੂਗੜ੍ਹ ਭੇਜ ਦਿਆਂਗੇ। ਐਸੇ ਸ਼ਖਸ ਦੇ ਨਾਲ
ਅੱਜ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜਾ ਪ੍ਰਧਾਨ ਹੈ ਹਰਮੀਤ ਸਿੰਘ ਕਾਲਕਾ ਉਹ ਹੱਸ ਹੱਸ ਕੇ ਫੋਟੋਆਂ ਖਿਚਾ ਰਿਹਾ। ਮੈਂ ਹਰਮੀਤ ਸਿੰਘ ਕਾਲਕਾ ਜੀ ਨੂੰ ਸਵਾਲ ਕਰਨਾ ਚਾਹਾਂਗਾ ਕਿ ਅੱਜ ਉਹ ਬੰਦੀ ਸਿੰਘਾਂ ਨੂੰ ਬੰਦੀ ਸਿੰਘ ਮੰਨਦੇ ਆ ਜਾਂ ਆਤੰਕਵਾਦੀ ਮੰਨਦੇ ਆ? ਉਹਨਾਂ ਨੂੰ ਜਵਾਬ ਦੇਣਾ ਚਾਹੀਦਾ ਇਸ ਤਸਵੀਰ ਤੋਂ ਬਾਅਦ ਜੋ ਪੰਜਾਬ ਦੇ ਅੰਦਰ ਬੇਅੰਤ ਬੁੱਚੜ ਨੇ ਸਿੱਖਾਂ ਦੇ ਨਾਲ ਕੀਤਾ, ਕੋਹ ਕੋਹ ਕੇ ਸਿੱਖਾਂ ਨੂੰ ਮਾਰਿਆ, ਅਣਪਛਾਤੇ ਕਹਿ ਕੇ ਸਿੱਖਾਂ ਨੂੰ ਮਾਰਿਆ, ਅੱਜ ਉਸ ਬੇਅੰਤ ਸਿੰਘ ਦੇ ਪੋਤਰੇ ਦੇ ਨਾਲ ਹੈ ਜਾਂ ਸਿੱਖਾਂ ਦੇ ਨਾਲ ਹੈ? ਅੱਜ ਹਰਮੀਤ ਸਿੰਘ ਕਾਲਕਾ ਨੂੰ ਜਵਾਬ ਦੇਣਾ ਪਏਗਾ। ਅੱਜ ਹਰਮੀਤ ਸਿੰਘ ਕਾਲਕਾ ਨੂੰ ਦੱਸਣਾ ਪਏਗਾ ਸਿੱਖ ਕੌਮ ਨੂੰ ਕਿ ਉਹ ਕਿਸਾਨਾਂ ਦੇ ਨਾਲ ਹੈ, ਕਿ ਉਹ ਐਸੇ ਸ਼ਖਸ ਦੇ ਨਾਲ ਹੈ ਰਮਨੀਤ ਬਿੱਟੂ ਦੇ ਨਾਲ ਜਿਹਦੇ ਦਾਦੇ ਨੇ ਪੰਜਾਬ ਦੇ ਅੰਦਰ ਕੀ ਕੁਝ ਨਹੀਂ ਕੀਤਾ, ਜਿਹੜਾ ਅੱਜ ਕੌਮ ਦੇ ਜਿਹੜੇ ਮਾਨ ਯੋਧੇ ਹੈ ਜਿਹੜੇ ਬੰਦੀ ਸਿੰਘ ਹੈ ਉਹਨਾਂ ਬਾਰੇ ਕੀ ਕੁਝ ਨਹੀਂ ਕਹਿੰਦਾ, ਉਹਨਾਂ ਦੇ ਨਾਲ ਹੈ ਕਿ ਸਿੱਖ ਕੌਮ ਦੇ ਨਾਲ ਹੈ? ਮੈਂ ਨਾਲ ਹੀ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਗਿਆਨੀ ਰਘਬੀਰ ਸਿੰਘ ਜੀ ਨੂੰ ਹੱਥ ਜੋੜ ਕੇ ਬੇਨਤੀ ਕਰਨਾ ਚਾਹਾਂਗਾ ਆਪਣੀ ਇਸ ਵੀਡੀਓ ਦੇ ਰਾਹੀਂ ਕਿ ਉਹਨਾਂ ਨੂੰ ਤੁਰੰਤ ਬਿਨਾਂ ਕਿਸੇ ਦੇਰੀ ਦੇ ਇਹ ਤਸਵੀਰ ਦੇਖਣ ਤੋਂ ਬਾਅਦ ਮੈਂ ਸਮਝਣਾ ਕਿ ਜਿਹੜਾ ਰਵਨੀਤ ਬਿੱਟੂ ਹੈ ਉਹ ਐਂਟੀ ਸਿੱਖ ਗੱਲਾਂ ਕਰਦਾ ਹੈ, ਐਂਟੀ ਸਿੱਖ ਹੈ। ਅੱਜ ਉਸ ਦੇ ਨਾਲ ਹਰਮੀਤ ਸਿੰਘ ਕਾਲਕਾ ਜਿਹੜਾ ਦਿੱਲੀ ਕਮੇਟੀ ਦਾ ਪ੍ਰਧਾਨ ਹੈ, ਮੈਂ ਕਹਿ ਚ ਕੋਈ ਗੁਰੇਜ ਨਹੀਂ ਕਰਾਂਗਾ ਕਿ ਅਸੀਂ ਹਰਮੀਤ ਸਿੰਘ ਕਾਲਕਾ ਨੂੰ ਅੱਜ ਤੱਕ ਗੱਦਾਰ ਆਖਦੇ ਆਏ ਹਾਂ, ਗੱਦਾਰ ਸਮਝਦੇ ਆਏ ਹਾਂ, ਪਰ ਅੱਜ ਮੈਂ ਦਿਲੋਂ ਕਹਿ ਰਿਹਾ ਕਿ ਮੇਰੇ ਵਾਸਤੇ ਹਰਮੀਤ ਸਿੰਘ ਕਾਲਕਾ ਜਿਹੜਾ ਦਿੱਲੀ ਕਮੇਟੀ ਦਾ ਪ੍ਰਧਾਨ ਹੈ ਉਹ ਐਂਟੀ ਸਿੱਖ ਹੈ, ਕਿਉਂਕਿ ਉਹਦੀਆਂ ਐਸੀਆਂ ਤਸਵੀਰਾਂ ਜਿਹੜੇ